ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗ ਗਲੋਬਲ ਸਟਾਰ ਦਿਲਜੀਤ ਦੋਸਾਂਝ ਦੀ ਅੱਜ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਜਦੋਂ ਦੇ ਉਹਨਾਂ ਦਾ ਦਿਲਮਨਾਤੀ ਟੂਰ ਦੀ ਸ਼ੁਰੂਆਤ ਹੋਈ ਹੈ ਚਾਹੇ ਉਹ ਪਾਰਟ 1 ਹੈ ਚਾਹੇ ਪਾਰਟ 2 ਦੀ ਹੁਣ ਸ਼ੁਰੂਆਤ ਹੋ ਚੁੱਕੀ ਹੈ ਤੇ ਸਟੇਡੀਅਮ ਸੋਲਡ ਆਊਟ ਪਾਰਟ 1 ਤੋਂ ਹੀ ਇਸ ਦੀ ਸ਼ੁਰੂਆਤ ਹੋ ਗਈ ਸੀਗੀ ਔਰ ਦੁਨੀਆ ਦੇ ਹਰ ਕੋਨੇ ਤੋਂ ਦਿਲਜੀਤ ਦੋਸਾਂਝ ਦੇ ਚਾਹਣ ਵਾਲੇ ਉਸ ਕਨਸਰਟ ਦੇ ਵਿੱਚ ਪਹੁੰਚਦੇ ਸਨ ਤੇ ਪ੍ਰਾਊਡ ਫੀਲ ਕਰਦੇ ਸਨ ਕਿ ਇੱਕ ਸਰਦਾਰ ਦਿਲਜੀਤ ਦੋਸਾਂਝ ਜੋ ਇੱਕ ਸਿੱਖ ਨੂੰ ਬਿਲੋਂਗ ਕਰਦੇ ਨੇ ਔਰ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਪੰਜਾਬੀ ਬਾਹਰਲੇ ਦੇਸ਼ਾਂ 'ਚ ਜਾ ਕੇ ਵੀ ਇੰਨਾ ਨਾਮ ਰੋਸ਼ਨ ਕਰ ਰਹੇ ਨੇ ਔਰ ਦਿਲਜੀਤ ਨੇ ਪੰਜਾਬੀਆਂ ਦਾ ਮਾਣ ਹੋਰ ਵਧਾਇਆ ਹੈ ਦਿਲਜੀਤ ਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਹਾਲ ਹੀ ਦੇ ਵਿੱਚ ਕੈਨੇਡਾ ਦੇ ਵਿੱਚ ਦਿਲਜੀਤ ਦੋਸਾਂਝ ਦਾ ਦਿਲਮਨਾਤੀ ਟੂਰ ਪਾਰਟ 2 ਦੇ ਜਿਹੜੇ ਕਨਸਰਟ 'ਚ ਸ਼ੁਰੂ ਹੋ ਗਏ ਨੇ ਔਰ ਰੋਜਰ ਸਟੇਡੀਅਮ ਵੀ ਸੋਲਡ ਆਊਟ ਹੋ ਗਿਆ ਇੱਕ ਰੋਜਰ ਸਟੇਡੀਅਮ ਤੋਂ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿੱਥੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆਪ ਦਿਲਜੀਤ ਦੋਸਾਂਝ ਦਾ ਉਹ ਕਨਸਰਟ ਵੇਖਣ ਦੇ ਲਈ ਪਹੁੰਚੇ ਔਰ ਔਨ ਸਟੇਜ ਦਿਲਜੀਤ ਨੂੰ ਜਾ ਕੇ ਘੁੱਟ ਕੇ ਜੱਫੀ ਪਾਉਂਦੇ ਨੇ ਔਰ ਕਿੰਨਾ ਮਾਣ ਮਹਿਸੂਸ ਹੁੰਦਾ ਇੱਕ ਪੰਜਾਬੀ ਨੂੰ ਕਿ ਕਿਸੇ ਹੋਰ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਆਉਂਦਾ ਔਰ ਸਟੇਜ 'ਤੇ ਜਸਟਿਨ ਟਰੂਡੋ ਦਿਲਜੀਤ ਨੂੰ ਜਦੋਂ ਜੱਫੀ ਪਾਉਂਦੇ ਨੇ ਉਦੋਂ ਜਿਹੜਾ ਲੋਕਾਂ ਦਾ ਇਕੱਠ ਹੈ ਉਹਨਾਂ ਦੇ ਵਿੱਚ ਖੁਸ਼ੀ ਦਾ ਜਿਹੜਾ ਮਾਹੌਲ ਉਹ ਵੱਧ ਜਾਂਦਾ ਹੈ ਕਿਉਂਕਿ ਇੱਕ ਪ੍ਰਾਊਡ ਮਹਿਸੂਸ ਹੋ ਰਿਹਾ ਪੰਜਾਬੀਆਂ ਨੂੰ ਜਾਂ ਜਿੰਨੇ ਵੀ ਦਿਲਜੀਤ ਦੇ ਚਾਹਣ ਵਾਲੇ ਨੇ ਔਰ ਜਦੋਂ ਇਸ ਵੀਡੀਓ ਦੇ ਅੰਤ ਦੇ ਵਿੱਚ ਤੁਸੀਂ ਵੇਖੋਗੇ ਕਿ ਜਦੋਂ ਉੱਥੇ ਲੋਕ ਇਕੱਠੇ ਹੋ ਕੇ ਦਿਲਜੀਤ ਦਿਲਜੀਤ ਚਲਾ ਰਹੇ ਹੁੰਦੇ ਨੇ ਤਾਂ ਉੱਥੇ ਹੀ ਜਸਟਿਨ ਟਰੂਡੋ ਦੇ ਵੀ ਆਵਾਜ਼ਾਂ ਜਦੋਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਸਟਿਨ ਟਰੂਡੋ ਟਰੂਡੋ ਤਾਂ ਜਸਟਿਨ ਟਰੂਡੋ ਉੱਥੋਂ ਕੀ ਕਰਦੇ ਨੇ ਕਿ ਦਿਲਜੀਤ ਦਾ ਨਾਂ ਲੈਣਾ ਸ਼ੁਰੂ ਕਰ ਦਿੰਦੇ ਨੇ ਦਿਲਜੀਤ 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 ਅਜਿਹੀਆਂ ਝਲਕਾਂ ਜਿਹੜੀਆਂ ਨੇ ਸਾਨੂੰ ਦਿਲਜੀਤ ਦੀਆਂ ਵੀਡੀਓਜ਼ ਦੇ ਵਿੱਚ ਅਕਸਰ ਵੇਖਣ ਨੂੰ ਮਿਲਦੀਆਂ ਨੇ ਕਿਉਂਕਿ ਦਿਲਮਨਾਤੀ ਟੂਰ ਚੱਲ ਰਿਹਾ ਔਰ ਦੇਸ਼ ਭਰ ਤੋਂ ਦੁਨੀਆ ਭਰ ਤੋਂ ਦਿਲਜੀਤ ਦੋਸਾਂਝ ਨੂੰ ਪਿਆਰ ਮਿਲ ਰਿਹਾ ਪੰਜਾਬੀ ਪ੍ਰਾਊਡ ਫੀਲ ਕਰ ਰਹੇ ਨੇ ਔਰ ਜਸਟਿਨ ਟਰੂਡੋ ਖੁਦ ਦਿਲਜੀਤ ਦੇ ਕਨਸਰਟ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਵੇਖੋ ਕਿਸ ਤਰੀਕੇ ਦੇ ਨਾਲ ਮਾਣ ਮਹਿਸੂਸ ਹੁੰਦਾ ਹੈ ਕਿ ਦਿਲਜੀਤ ਨੂੰ ਜਸਟਿਨ ਟਰੂਡੋ ਮਿਲਣ ਦੇ ਲਈ ਪਹੁੰਚਣੇ ਔਰ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇਸ ਵੀਡੀਓ ਦੇਖਣ ਤੋਂ ਬਾਅਦ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ